ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਰਾਜੇ ਤੁਹਾਡੇ ਵਾਸਤੇ ਸਾਡੇ ਕੈਂਡੀਡੇਟਾਂ ਵਾਸਤੇ ਇੱਕ ਪਈ ਆਪਾਂ ਖੁਸ਼ਖਬਰੀ ਲੈ ਕੇ ਆਏ ਆ ਬਹੁਤ ਜ਼ਿਆਦਾ ਵੱਡੀ ਖੁਸ਼ਖਬਰੀ ਹੈ ਰਾਜੇ ਦੇਖੋ ਜੀ ਜਿਹੜੀ ਮੈਂ ਖੁਸ਼ਖਬਰੀ ਤੁਹਾਨੂੰ ਸਾਰੇ ਜੀ ਸੁਣਾਉਣ ਲੱਗਿਆਗਾ ਇਹਨਾਂ ਤੁਹਾਡਾ ਫਾਇਦਾ ਕੀ ਹੋਣਾ ਇਹਦਾ ਤੁਹਾਡਾ ਸਭ ਤੋਂ ਵੱਡਾ ਫਾਇਦਾ ਹੋਣਾ ਕਿ ਜਿਹੜੀ ਪੰਜਾਬ ਪੁਲਿਸ ਦੀ ਭਰਤੀ ਇਸ ਟਾਈਮ ਚੱਲ ਰਹੀ ਹੈ ਉਹਦੀ ਮੈਰਿਟ ਕੱਟ ਜਾਣ ਦਾ ਫੁੱਲ ਫੁੱਲ ਚਾਂਸ ਹੋ ਗਿਆ ਦੇ ਨਾਲ ਠੀਕ ਹੈ ਰਾਜੇ ਪੰਜਾਬ ਪੁਲਿਸ ਭਰਤੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਹਿਮ ਫੈਸਲਾ ਪੰਜਾਬ ਸਰਕਾਰ ਨੇ ਇਸ ਫੈਸਲੇ ਨਾਲ ਪੁਲਿਸ ਭਰਤੀ ਦੀ ਮੈਟ ਘਟ ਜਾਵੇਗੀ ਸਾਰੇ ਕੈਡੀਡੇਟਾਂ ਦੇ ਲਈ ਇਹ ਖੁਸ਼ਖਬਰੀ ਹੈ ਰਾਜੇ ਆਪਣੀ ਮਿਹਨਤ ਅਤੇ ਆਪਣੇ ਕਰਮ ਕਰੋ ਹਮੇਸ਼ਾ ਠੀਕ ਹੈ ਰਾਜੇ ਤੇ ਅੱਜ ਤਾਂ ਮੈਂ ਇੱਕ ਥੋੜੀ ਜੀਆਂ ਇੱਕ ਦੋ ਗੱਲਾਂ ਕਰੂੰਗਾ ਤੁਹਾਡੇਆਂ ਤੁਹਾਨੂੰ ਕੰਮ ਦੀ ਗੱਲ ਸਮਝਾ ਕੇ ਰਾਜੇ ਉਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਰਾਜੇ ਜੇਕਰ ਕੋਈ ਪੰਜਾਬ ਪੁਲਿਸ ਦੀ ਤਿਆਰੀ ਕਰਨਾ ਚਾਹੁੰਦਾ ਤਾਂ ਉਹ ਆਪਣੀ ਐਪ ਤੋਂ ਤਿਆਰੀ ਕਰਨਾ ਚਾਹੁੰਦਾ ਤਾਂ ਰਾਜੇ ਕਰ ਸਕਦਾਗਾ ਆਪਣੀ ਐਪ ਦਾ ਨਾਮ ਹੈਗਾ ਦੀਪ ਭੁੱਲਰ education ara ਇਹ ਐਪ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ राजे ਇਹ ਚ ਤੁਹਾਨੂੰ ਕਾਂਸਟੇਬਲ ਦਾ ਫਾਇਰਮੈਨ ਦਾ ਤੇ ਸਾਰੇ ਸਪੈਸ਼ਲ ਸਾਰੀਆਂ ਭਰਤੀਆਂ ਦਾ ਤੁਹਾਨੂੰ राजे ਦੇ ਵਿੱਚ ਬੈਚ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਜੇਕਰ ਕਿਸੇ ਕੈਂਡੀਟ ਦੇ ਇੱਕ ਬੈਚ ਵੀ ਲੈਂਦਾ ਨੂੰ ਹੋਰ ਕੋਈ ਬੈਚ ਲੈਣ ਦੀ ਲੋੜ ਨਹੀਂ ਉਹਦੇ ਵਿੱਚ ਹੀ ਪੰਜਾਬ ਦੇ ਸਾਰੇ ਪੇਪਰ ਦੀ ਤਿਆਰੀ ਹੋ ਜੂਗੀ राजे ਠੀਕ ਹੈ ਜੀ ਇਹ ਐਪ ਤੁਸੀਂ ਡਾਊਨਲੋਡ ਕਰ ਲੈਣੀ ਜਿੰਨਾ ਬੱਚਾ ਕੋਲੇ ਆਈਫੋਨ ਉਹਨੇ ਐਪ ਡਾਊਨਲੋਡ ਕਰਦੇ ਇੱਕ ਕਲਾਸ ਪਲੱਸ ਤੇ ਉਹ QR ਕੋਡ ਫਿਲ ਕਰਨਾ ਡਬਲ ਐਕਸ ਰੈਮ ਬਾਕੀ राजे ਜਿਹੜਾ ਆਪਣਾ ਇਹ ਹੋਊਗਾ ਬੈਚ ਕਨਸਟੇਬਲ ਫਾਇਰਮੈਨ ਠੀਕ ਹੈ ਰਾਜੇ ਇਹ ਸਾਰੇ ਤੁਹਾਡੇ ਗਰੰਟੀ ਵਾਲੇ ਬੈਚ ਹੋਣਗੇ ਰਾਜੇ ਗਰੰਟੀ ਵਾਲੇ ਬੈਚ ਦਾ ਮਤਲਬ ਇਹ ਹੈ ਕਿ ਤੁਹਾਨੂੰ ਸਾਰਾ ਸਲਿਪਸ ਦੇ ਵਿੱਚੋਂ ਆਊਗਾ ਕੁਝ ਵੀ ਤੁਹਾਨੂੰ ਬਾਹਰੋਂ ਨਹੀਂ ਆਊਗਾ ਕਿਸੇ ਵੀ ਬੱਚ ਨੂੰ ਕੋਈ ਨੋਟਸ ਬਣਾਉਣ ਦੀ ਲੋੜ ਨਹੀਂ ਹੈਗੀ ਵੀਡੀਓ ਪੀਡੀਐਫ ਤੁਹਾਨੂੰ ਸਾਰਾ ਕੁਝ ਪ੍ਰੋਵਾਈਡ ਕਰਵਾਇਆ ਜਾਂਦਾ ਹਰੇਕ ਸਬਜੈਕਟ ਦਾ ਠੀਕ ਹੈ ਰਾਜੇ ਵੀਡੀਓ ਪੀਡੀਐਫ ਕਿਸੇ ਚੀਜ਼ ਦੀ ਤੁਹਾਨੂੰ ਕੋਈ ਨਹੀਂ ਘਾਟ ਰੱਖੀ ਜਾਂਦੀ ਡਾਊਟ ਸੈਸ਼ਨ ਸਾਰਾ ਕੁਝ ਤੁਹਾਡਾ ਰੱਖਿਆ ਜਾਂਦਾਗਾ ਤੇ ਤਾਂ ਕਰਕੇ ਜਿਹੜੀ ਵੀ ਕੈਂਡੀਡੇਟ ਬੈਚ ਜੁਆਇਨ ਕਰਨਾ ਚਾਹੁੰਦੇ ਉਹ ਗਰੰਟੀ ਵਾਲਾ ਬੈਚ ਹੈ ਰਾਜੇ ਨਾਰਮਲ ਪ੍ਰਾਈਸ ਤੇ ਚੱਲ ਰਿਹਾ ਹੈਸ਼ਟੈਗ ਜੇ ਕੋਈ ਕੈਡਿਡੇਟ ਲੈਣਾ ਚਾਹੁੰਦਾ ਤਾਂ ਤੇ ਕੋ 10 ਦਿਨ ਹੈਗੇ ਆ ਬਾਈ ਕਰ ਸਕਦੇ ਹੋ ਠੀਕ ਹੈ ਜਿਸ ਤੋਂ ਬਾਅਦ ਇਹ ਪ੍ਰਾਈਸ ਆਪ ਡਾਊਨ ਹੋ ਸਕਦੇ ਆ ਇਸ ਤੋਂ ਬਾਅਦ ਚੱਲਦੇ ਆ ਨੰਬਰ ਰਾਜੇ ਆਪਣੇ ਜੇ ਕਿਸੇ ਕੰਡੀਸ਼ਨ ਇੰਟਰਵਿਊ ਕੀ ਪ੍ਰੋਬਲਮ ਹੈ ਤੇ ਮੈਨੂੰ ਕਾਲ ਵੀ ਕਰ ਸਕਦਾ ਹੈਗਾ ਰਾਜੇ ਇੱਕ ਨਵੀਂ ਇੱਕ ਕਾਊਂਟਰ ਲਾਂਚ ਕੀਤਾ ਹੈਗਾ ਠੀਕ ਹੈ ਰਾਜੇ ਪੰਜਾਬ ਪੁਲਿਸ ਦੇ ਪੇਜ ਤੇ ਪਾਇਆ ਹੋਇਆ ਰਾਜੇ ਇਹ ਮਤਲਬ ਪੰਜਾਬ ਪੁਲਿਸ ਦੇ ਆਫੀਸ਼ਲ ਰਾਜੇ ਮਤਲਬ ਕਿਉਂਕਿ ਇਹ ਤੇ ਜਿਹੜੇ ਪੇਜ ਹੈ ਤੇ ਕੋਈ ਵੀ ਨਿਊਜ਼ ਫੇਕ ਨਹੀਂ ਆਉਂਦੀ ਆਪਣੇ ਕੋਲੇ ਹਮੇਸ਼ਾ ਆਪਣੇ ਕੋਲ ਸਹੀ ਨਿਊਜ਼ ਆਉਂਦੀ ਹੈ ਕੋਤਾ ਦੇ ਰਾਜੇ ਬਹੁਤ ਬੱਚੇ ਦਾ ਸਵਾਲ ਦੇਖੋ ਸਰਵਿਸ ਇੰਸਪੈਕਟਰ ਦੀ ਜਿਹੜੀ ਰਿਕਰੂਟਮੈਂਟ ਵਾਸਤੇ ਪੇਪਰ ਹੋਇਆ ਸੀ ਰਾਜੇ ਜਿਹੜੀ ਉਹਦੀ ਮੈਰਿਟ ਲਿਸਟ ਹੈ ਰਾਜੇ ਠੀਕ ਹੈ ਜੀ ਉਹ ਪਹਿਲੇ ਵੀਕ ਅਪ੍ਰੈਲ ਦੇ ਲਾਂਚ ਹੋ ਜਾਊਗੀ 100% ਇਹ ਸਹੀ ਨਿਊਜ਼ ਹੈ ਰਾਜੇ ਠੀਕ ਹੈ ਰਾਜੇ ਆ ਲਿਖਿਆ ਹੋਇਆ ਦਾ ਮੈਰਿਟ ਲਿਸਟ ਆਫ ਦਾ ਪੋਸਟ ਆਫ ਸਰਵਿਸ ਇੰਸਪੈਕਟਰ ਇਨ ਡਿਫਰੈਂਟ ਕੈਂਡਰ ਠੀਕ ਹੈ ਰਾਜੇ ਇਹ ਤੁਹਾਡੀ ਕਦੋਂ ਆਊਟ ਹੋ ਜਾਣੀ ਹੈ ਫਰਸਟ ਵੀਕ ਇਨ ਅਪ੍ਰੈਲ 2023 ਇਹ ਨਾ ਰਾਜੇ ਜਿਹੜੀ ਨਵੀਂ ਭਰਤੀ ਦੇ ਵਿੱਚ ਜਿੰਨਾ ਬੱਚੇ ਨੇ ਅਪਲਾਈ ਕੀਤਾ ਸੀ ਕਿ ਕਿਸੇ ਨਾ ਕਿਸੇ ਥਾਂ ਦੇ ਬੱਚ ਕਿ ਮੈਂ ਆਪ ਦਾ ਅੱਗੇ ਇੱਕ ਸੇਫਟੀ ਬਣਾ ਕੇ ਰੱਖਾਂ ਤਾਂ ਕਰਕੇ ਹੁਣ ਜਿਹੜੇ ਬੱਚੇ ਨੇ ਇਹਦੀ ਸਿਲੈਕਸ਼ਨ ਹੋ ਗਈ ਰਾਜ ਨੂੰ ਅੱਗੇ ਜਾਣ ਦੀ ਲੋੜ ਦਿੱਤਾ ਕਰਕੇ ਇਹਦੀ ਮੈਟ ਆਟੋਮੈਟਿਕਲੀ ਘਟੋ ਕਿਉਂਕਿ ਨਵੇਂ ਬੱਚੇ ਦੇ ਵਿੱਚ ਐਂਟਰ ਨਹੀਂ ਹੋਏ ਹੁਣ ਨਵੇਂ ਬੱਚੇ ਨਹੀਂ ਐਂਟਰ ਹੋਏ ਕਿਉਂਕਿ ਇਹ ਜਿਹੜੀ ਰਿਐਲਟੀ ਹੈ ਨਵੇਂ ਬੱਚੇ ਦਾ ਪੁਰਾਣੇ ਬੱਚੇ ਹੈ ਜਿਹੜੀ ਨੂੰ ਅਗਲੇ ਸਾਲ ਪ੍ਰੀਖਿਆ ਹੁਣੀ ਆ ਉਹਦੀ ਮੈਟ ਥੋੜੀ ਜੀ ਉਹਦਾ ਫਰਕ ਪੂਗੇ ਪੂਗਾ ਠੀਕ ਹੈ ਜੀ ਇਸ ਤੋਂ ਬਾਅਦ ਦੂਸਰੀ ਲਿਸਟਾਂ ਨੇ ਕੀ ਕਹੀ ਹੈ ਕਿ ਕਹਿੰਦਾ ਜਿਹੜੇ OMR ਵੇਸੜ ਟੈਸਟ ਹੋਏ ਸੀ ਜਿਵੇਂ ਕਿ ਇਨਵੈਸਟੀਗੇਸ਼ਨ ਡਿਸਟ੍ਰਿਕਟ ਆਰਮਡ ਪੁਲਿਸ ਇੰਟੈਲੀ ਬਸ ਰਾਜੇ ਇਹ ਸਾਰਾ ਕੁਝ ਤੁਹਾਨੂੰ April ਦੇ first week ਇੰਦਰ ਫੁੱਲ ਵਧੀਆ ਤੁਹਾਡੇ ਰਿਜ਼ਲਟ ਆ ਜਾਣੇ ਤਾਂ ਰੀਆਂ ਮੈਡ ਲਿਸਟਾਂ ਬਣ ਕੇ ਆ ਜਾਣਗੀਆਂ ਇਹ ਨਾਲ ਇਹ ਬੱਚੇ ਜਿਹੜੇ ਰਾਜ ਜਿੰਨੀ ਪੋਸਟ ਇਹ ਹੈ ਇਹੀ ਉਹ ਬੱਚੇ ਰਾਜੇ ਜਿਨ੍ਹਾਂ ਨੇ ਦੁਬਾਰੇ ਪੰਜਾਬ ਪੁਲਿਸ ਦੇ ਪੇਪਰਾਂ ਦੇ ਵਿੱਚ ਵੀ ਜਿਹੜੇ ਫਾਰਮ ਆਇਆ ਹੁਣ ਦੁਬਾਰੇ ਪੰਜਾਬ ਪੁਲਿਸ ਦੀ ਭਰਤੀ 1846 ਵਾਲੇ ਉਹ ਜਿਹੇ ਇਹਨਾਂ ਕੈਂਡੀਡੇਟਾਂ ਨੇ ਅਪਲਾਈ ਕੀਤਾ ਹੋਇਆ ਤਾਂ ਇਹਦੇ ਨਾਲ ਤੁਹਾਡਾ ਬਹੁਤ ਵੱਡਾ ਫਾਇਦਾ ਰਾਜੇ ਹੋ ਗਿਆ ਹੁਣ ਇਹਨਾਂ ਬੱਚੇ ਨੇ ਸਾਰੇ ਨਹੀਂ ਹੋ ਗਈ ਸਿਲੈਕਸ਼ਨ ਭਾਈ ਇਹ ਆਦੀ ਜਾਣਗੇ ਡਿਊਟੀਆਂ ਤੇ ਤਾਂ ਕਰਕੇ ਹੁਣ ਇਹਦੀ ਮੈਟ ਘਟ ਜਾਊਗੀ ਘਟੋ ਘਟ ਨਾਂ ਵਾਲਾ 8 ਤੋਂ 7 ਨੰਬਰਾਂ ਦਾ ਫਰਕ ਪ ਤਿਆਰੀ ਮਿਹਨਤ ਨਾਲ ਛਡੋੜਾ ਜੀ ਦੇਖੋ ਪੋਸਟਾ ਰੋਲ ਰੋਜ਼ ਨਹੀਂ ਆਉਂਦੀਆਂ ਹੁੰਦੀਆਂ ਆਹ ਦੀ ਮਿਹਨਤ ਤੇ ਯਕੀਨ ਰੱਖੋ ਕੰਮ ਨੂੰ ਦੱਬੀ ਚੱਲੋ ਰਾਜੇ ਠੀਕ ਹੈ ਬਾਕੀ ਪਲੇਟਫਾਰਮ ਚਾਹੀਦਾ ਉਹ ਆਪਣਾ ਹੈਗਾਗਾ ਆਪਾਂ ਪੰਜਾਬੀ ਇੰਗਲਿਸ਼ ਸਾਰੇ ਮਤਲਬ ਦੋਨੇ ਲੈਂਗੁਏਜ ਦੇ ਵਿੱਚ ਆਪਾਂ ਬੱਚੇ ਨੂੰ ਪੇਪਰ ਦੀ ਤਿਆਰੀ ਕਰਾਉਣੀ ਹੈ ਮੈਥ ਦਾ ਸਾਰਾ A to Z RS ਅਗਰ 0 ਲੈਵਲ ਤੋਂ ਕਲਸਾ ਰਾਜੇ ਆਪਣੀਆਂ 0 ਲੈਵਲ ਤੋਂ ਠੀਕ ਹੈ ਜੀ ਇਸ ਤੋਂ ਹੇਠੇ ਤਾਂ ਨੂੰ ਕੋਈ ਨਹੀਂ ਪੜਾ ਸਕਦਾ ਜਿਹਦੇ ਵਿੱਚ ਸਾਨੂੰ ਜੋੜ ਘਟਾਓ ਕਰਨਾ ਵੀ ਸਮਝਾਇਆ ਜਾਣਾ ਜੋੜ ਘਟਾਓ ਤੋਂ ਲੈ ਕੇ ਸਾਡਾ ਲੈਵਲ ਇੰਨਾ ਹਾਈ ਲੈ ਕੇ ਜਾਇਆ ਜਾਂਦਾਗਾ ਕਿ ਤੁਸੀਂ ਇਹਦੇ ਬਾਰੇ ਸੋਚ ਵੀ ਨਹੀਂ ਸਕਦੇ ਤੁਹਾਨੂੰ ਆਪ ਹੀ ਨਹੀਂ ਪਤਾ ਲੱਗਣਾ ਜੇ ਅਸੀਂ ਕਿੰਨੇ ਲੋ ਲੈਵਲ ਤੋਂ ਕਿੰਨੇ ਹਾਈ ਲੈਵਲ ਤੇ ਪਹੁੰਚ ਗਏ ਤੁਹਾਡੇ ਕੋਲੇ ਰਾਜੇ ਵਧੀਆ ਪਲੇਟਫਾਰਮ ਹੈਗਾਗਾ ਠੀਕ ਹੈ ਰਾਜੇ ਤੇ ਪਿਛਲੀ ਵਾਰ ਦਾ ਵੀ ਜਿਹੜਾ 2022 ਦਾ ਆਪਣਾ ਰਿਜ਼ਲਟ ਦੇ ਹੈ ਰਾਜੇ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਸਿਲੈਕਟ ਹੋਣ ਵਾਲੇ ਕੈਂਡੀਡੇਟ ਆਪਣੇ ਆ ਠੀਕ ਹੈ ਜੀ ਜਿੰਨੀਆਂ ਬਾਕੀ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਪੇਪਰ ਆਇਆ ਹੈਗਾ ਫੋਰੈਸਟ ਗਾਰਡ ਦੇ ਵਿੱਚ ਉਹ ਆਪਣਾ ਕਰਵਾਇਆ ਹੋਇਆ ਆਇਆਗਾ ਕੌਨਸਟੇਬਲ ਦੇ ਵਿੱਚ ਵੀ ਆਪਣਾ ਕਰਵਾਇਆ ਹੋਇਆ ਤੁਹਾਡੇ ਨਾਲ ਵਾਦਾ ਹੈਗਾ ਕਿ ਜਿਹੜਾ ਪੇਪਰ ਹੁਣ ਹੋਣਾਗਾ ਫਾਇਰਮੈਨ ਦਾ ਤੇ ਕਾਂਸਟੇਬਲ ਦਾ ਇਹ ਜੀ ਵੀ ਤੁਹਾਨੂੰ ਆਪਣਾ 90 ਤੋਂ 95% ਸਿਲੇਬਸ ਮੈਂ ਗਰੰਟੀ ਨਾਲ ਕਹਾਂਗਾ ਕਿ ਆਪਿਆ ਤੁਹਾਨੂੰ ਸੇਮ ਤੋਂ ਸੇਮ ਕਰੰਟ ਅਫੇਅਰ ਮੈਥ ਰੀਜ਼ਨਿੰਗ ਤੋਂ ਸੰਬਧਿਤਾਂਗਾ ਕਿ ਆ ਸਭ ਆਪਾ ਕਰਵਾਏ ਜੀ ਆ ਪੇਪਰ ਦੇ ਵਿੱਚ ਆਏ ਆ ਠੀਕ ਹੈ ਰਾਜੇ ਦੂਸਰੀ ਗੱਲ ਰਾਜੇ ਮੈਂ ਇਹੀ ਗੱਲ ਕਹਿਣਾ ਚਾਹਣਾਗਾ ਕਿ ਫਾਲਤੂ ਦੀਆਂ ਗੱਲਾਂ ਛੱਡ ਕੇ ਹਮੇਸ਼ਾ ਤੁਸੀਂ ਜਿਹੜਾ ਏਮ ਕਰਨਾਗਾ ਆਪਣੇ ਜ਼ਿੰਦਗੀ ਤੇ ਕਰੋ ਏਮ ਠੀਕ ਹੈ ਜੀ ਆਪਦੀ ਜ਼ਿੰਦਗੀ ਨੂੰ ਸਵਾਰਨ ਦੀ ਕੋਸ਼ਿਸ਼ ਕਰੋ ਕਿਸੇ ਦੀਆਂ ਅਫਵਾਹਾਂ ਦੇ ਵਿੱਚ ਨਾ ਆਓ ਠੀਕ ਹੈ ਰਾਜੇ ਇਹ ਗੱਲ ਕਹੂੰਗਾ ਜਿਹੜਾ ਸਿਆਣਾ ਬੱਚਾ ਹੈਗਾ ਆਪਦੀਆਂ ਆਦੇ ਘਰ ਪਰਿਵਾਰ ਬਾਰੇ ਸੋਚੋ ਆਪਦੀ ਜ਼ਿੰਦਗੀ ਬਾਰੇ ਸੋਚੋ ਤੁਸੀਂ ਗੱਲ ਨੋਟ ਕਰੋ ਇੱਕ ਮੇਰੀ ਹੁਣ ਠੀਕ ਹੈ ਜੀ ਆਪਣੇ ਪੰਜਾਬ ਦੇ ਵਿੱਚ ਕੌਣ ਆਈਪੀਐਸ ਆਈਐਸ ਬਣ ਕੇ ਨਿਕਲੇਗਾ 12 ਪੜ੍ਹਨ ਤੋਂ ਬਾਅਦ ਕੈਂਡੀਡੇਟ ਚੁੱਪ ਕਰਕੇ ਕਰਕੇ ਲੈਸ ਬਾਹਰ ਤੁਰ ਜਾਂਦਾ ਬਾਕੀ ਕਿਸੇ ਨੂੰ ਆਏ ਹੁੰਦਾ ਜੇ ਪ੍ਰਾਈਵੇਟ ਨੌਕਰੀ ਕਰ ਲਵੇ ਇੱਥੇ ਲੱਗ ਜਾਂਦੇ ਆ ਠੀਕ ਹੈ ਐਦਾਂ ਵਗੈਰਾ ਬਾਕੀ ਕੋਈ ਬੱਚੇ ਕਿਸੇ ਨੇ ਗੱਲਾਂ ਚਾ ਕੇ ਕਹਿੰਦਾ ਦੇ ਆਪਾਂ ਇੱਥੋਂ ਐ ਕਰ ਲਗੇ ਜੀ ਇੱਥੋਂ ਐ ਕਰ ਲਗੇ ਕਿਸੇ ਦੇ ਪੜਕਾਉ ਭਾਸ਼ਣਾਂ ਦੇ ਵਿੱਚ ਕੁਝ ਵੀ ਆ ਜਾਂਦੇ ਆ ਠੀਕ ਹੈ ਰਾਜੇ ਤਾਂ ਮੈਂ ਇਥੇ ਇਹੀ ਗੱਲ ਕਹਿਣਾ ਚਾਹੁੰਦਾ ਕਿ ਕੁਝ ਨਹੀਂ ਕਰਨਾ ਤੁਸੀਂ ਆਪ ਦੇ ਏਮ ਰੱਖੋ ਜ਼ਿੰਦਗੀ ਦੀ ਤਰੱਕੀ ਕਰੋ ਰਾਜੇ ਆਏ ਚੰਗੇ ਅਫਸਰ ਬਣੋ ਜੇ ਤੁਸੀਂ ਚੰਗੇ ਅਫਸਰ ਹੋਵੋਗੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਹੋਊਗਾ ਕਿ ਪੰਜਾਬ ਦੇ ਇੰਨੇ ਕੈਂਡੀਡੇਟ ਆਈਐਸ ਸੈਲੈਕਟ ਹੋਏ ਆ ਇੰਨੇ ਕੈਂਡੀਡੇਟ ਪੰਜਾਬ ਦੇ ਵਿੱਚ ਸਬ ਇੰਸਪੈਕਟਰ ਹੋਏ ਆ ਚੰਗੇ ਆਉਧਿਆ ਤਾਂ ਲੱਗੋ ਰਾਜੇ ਆਪਣੇ ਪੰਜਾਬ ਨੂੰ ਤੁਸੀਂ ਆਪ ਸਵਾਰੋ ਠੀਕ ਹੈ ਜੀ ਇਹ ਨਹੀਂ ਹੈਗਾ ਕਿ ਜੇ ਹੁਣ ਸੜਕ ਦੇ ਉੱਤੇ ਡਲਾ ਪਿਆ ਪਏ ਬੇੜਕ ਜਾਈਏ ਕਿ ਹੋਰ ਡਲਾ ਚੱਕ ਕੇ ਪਾਸੇ ਸੱਟ ਕੇ ਜਾਊਗਾ ਸੜਕ ਦੇ ਵਿੱਚ ਖੱਡਾ ਹੋਇਆ ਪਿਆ ਉੱਥੇ ਇਹ ਨਹੀਂ ਹੈਗਾ ਕਿ ਕੋਈ ਹੋਰ ਖੱਡਾ ਭਰ ਕੇ ਜਾਊਗਾ ਠੀਕ ਹੈ ਸੜਕ ਦੇ ਉੱਤੇ ਕਿਤੇ ਆਸੇ-ਪਾਸੇ ਕੋਈ ਗਰੀਬ ਤੁਹਾਡੇ ਇੰਦੀ ਕਹਾਤ ਹੈ ਕਿ ਤੁਸੀਂ ਕਿਸੇ ਗਰੀਬ ਨੂੰ ਰੋਟੀ ਖਵਾ ਸਕਦੇ ਹੋ ਕਿਸੇ ਗਰੀਬ ਨੂੰ 5 ਰੁਪਏ ਦੇ ਸਕਦੇ ਹੋ ਤਾਂ ਉਨੀ ਹੈਲਪ ਕਰੋ ਉਹਦੀ ਜਿੰਨਿਸ਼ਤਾ ਤੋਂ ਹੋ ਸਕਦੀ ਹੈ ਕਿਸੇ ਦੀ ਵੀ ਠੀਕ ਹੈ ਰਾਜੇ ਆਪਣੇ ਪੰਜਾਬ ਨੂੰ ਜੇ ਆਪਾਂ ਸਵਾਰਨਾ ਉਹਦੇ ਵਿੱਚ ਸਭ ਤੋਂ ਵੱਧ ਹੱਥ ਆਪਣਾ ਦਾ ਰਾਜੇ ਠੀਕ ਹੈ ਤਰਕੀਆਂ ਕਰੋ ਚੰਗੀਆਂ ਨੌਕਰੀਆਂ ਲੋ ਰਾਜੇ ਠੀਕ ਹੈ ਚੰਗੀਆਂ ਆਪਣੇ ਪੰਜਾਬ ਦੇ ਵਿੱਚ ਬਗੈੰਸੀਆਂ ਨਿਕਲ ਰਹੀਆਂ ਨੇਗੀਆਂ ਠੀਕ ਹੈ ਜੀ ਮੈਂ ਕਿਸੇ ਬੱਚੇ ਨੂੰ ਕੋਈ ਟਾਰਗੇਟ ਨਹੀਂ ਕਹਦਾ ਮੇਰਾ ਤੁਹਾਨੂੰ ਇਹੀ ਗੱਲ ਕਹਿਣਾ ਰਾਜੇ ਕਿ ਆਪਦੇ ਭਵਿੱਖ ਬਾਰੇ ਸੋਚੋ ਆਰੀ ਲਾਈਫ ਬਾਰੇ ਸੋਚੋ ਆਰੇ ਮਾਪੇ ਬਾਰੇ ਸੋਚੋ ਜਿਹਨੇ ਤੁਹਾਨੂੰ ਪੜਾਇਆ ਹੈਗਾ ਠੀਕ ਹੈ ਤੇ ਆਪਣੇ ਪੰਜਾਬ ਦਾ ਨਾਂ ਰੌਸ਼ਨ ਕਰੋ ਰਾਜੇ ਠੀਕ ਹੈ ਜ਼ਿੰਦਗੀ ਇੱਕ ਵਾਰੀ ਮਿਲਨੀ ਹੈ ਬਾਰੀ ਬਾਰੀ ਨਹੀਂ ਜ਼ਿੰਦਗੀ ਮਿਲਦੀ ਹੁੰਦੀ ਰਾਜੇ ਤੁਹਾਡੇ ਕੋਲੇ ਮੌਕਾ ਹੈ ਪੰਜਾਬ ਦਾ ਨਾਂ ਰੌਸ਼ਨ ਕਰਨ ਦਾ ਚੰਗੇ ਚੰਗੇ ਅਫਸਰ ਬਣੋ ਠੀਕ ਹੈ ਜੀ ਭ੍ਰਿਸ਼ਟਾਚਾਰ ਖਤਮ ਕਰੋ ਹਮੇਸ਼ਾ ਹਰੇਕ ਥਾਂ ਤੇ ਆਪ ਦਾ ਮਤਲਬ ਦਿਖਾਓ ਕਿ ਅਸੀਂ ਇੰਨੇ ਇੰਟੈਲੀਜੈਂਟ ਆ ਪੰਜਾਬ ਦੇ ਨੌਜਵਾਨ ਠੀਕ ਹੈ ਜਿੰਨਾ ਪੰਜਾਬ ਨੂੰ ਨਿਊਜ਼ ਵਾਲਿਆਂ ਨੇ ਹੋਰ ਚੈਨਲਾਂ ਵਾਲਿਆਂ ਨੇ ਬਦਨਾਮ ਕਰ ਰੱਖਿਆ ਰਜੇ ਕਿ ਪੰਜਾਬ ਦੇ ਵਿੱਚ ਨਸ਼ੇੜੀ ਆ ਪੰਜਾਬ ਦੇ ਵਿੱਚ ਜੂਤਾ ਬਾਹਰ ਜਾਈ ਜਾਂਦਾ ਇਹਦਾ ਜਿਹੜਾ ਹੁਣ ਇਹ ੱਤਬਾ ਇਹ ਆਪਾਂ ਲਾਉਣਾ ਪੰਜਾਬ ਦੇ ਸਿਰ ਤੋਂ ਠੀਕ ਹੈ ਜੀ ਤਾਂ ਕਰਕੇ ਆਰਿਆਂ ਮਿਹਨਤਾਂ 'ਤੇ ਯਕੀਨ ਰੱਖੋ ਰਜੇ ਚੰਗੇ ਰੈਂਕ ਕਰੋ ਜੇਕਰ ਆਪ ਹੀ ਪੰਜਾਬ ਨੂੰ ਸਵਾਰਨਾ ਹੈ ਕੋਈ ਬਾਹਰੋਂ ਆ ਕੇ ਨਹੀਂ ਕਰੂਗਾ ਉਹੀ ਗੱਲ ਕਹਿੰਦਾ ਆਪ ਮਰੇ ਬਿਨਾ ਕੋਈ ਸਵਰਗਾਂ ਨੂੰ ਜਾਂਦਾ ਪੰਜਾਬ ਵਰਗੀ ਮੌਜ ਰਾਜੇ ਕਿਤੇ ਨਹੀਂ ਹੈਗੀ ਤੁਹਾਨੂੰ ਇਹ ਗੱਲ ਸਮਝਾਉਣਾ ਚਾਹਣਾ ਮੈਂ ਰਾਜਸਥਾਨ ਵਗਜੋ ਮੱਧ ਪ੍ਰਦੇਸ਼ ਵਗਜੋ ਉੜੀਸਾ ਵਗਜੋ ਜੂਪੀ ਵਗਜੋ ਬਿਹਾਰ ਵਗਜੋ ਹਫ਼ਤਾ ਜਿਹੜਾ ਤੁਹਾਨੂੰ ਓੱਖਾ ਹੋ ਜਾਊਗਾ ਤੁਸੀਂ ਪੰਜਾਬ ਦੇ ਵਿੱਚ ਆਓਗੇ ਫਿਰ ਉੱਥੇ ਪਤਾ ਲੱਗੋਗੇ ਹਾਂ ਯਾਰ ਲੱਭਣੀ ਨਹੀਂ ਮੌਜ ਪੰਜਾਬ ਵਰਗੀ ਪੰਜਾਬ ਵਰਗੀ ਮੌਜ ਕਿਤੇ ਵੀ ਨਹੀਂ ਲੱਭਣੀ ਕਿਸੇ ਨੂੰ ਚਾਰ ਰੁੱਤਾਂ ਪੰਜਾਬ ਦੇ ਵਿੱਚ ਹੈਗੀਆਂ ਠੀਕ ਹੈ ਇਹ ਜਿਹੜੀਆਂ ਰੁੱਤਾਂ ਵੀ ਤੁਹਾਨੂੰ ਕਿਤੇ ਨਹੀਂ ਮਿਲਣਗੀਆਂ ਆਪਾਂ ਨੂੰ ਆਪਦੇ ਖੂਨ ਤੇ ਮਾਣ ਹੋਣਾ ਚਾਹੀਦਾ ਐਡੇ-ਐਡੇ ਤਗੜੇ ਗੁਰੂ ਗੁਰੂਆਂ ਦਾ ਠੀਕ ਹੈ ਜੀ ਗੁਰੂਆਂ ਪੀਰਾਂ ਦਾ ਖੂਨ ਆਪਣੇ ਅੰਦਰ ਹੈਗਾ ਇਹਨਾਂ ਨੇ ਬਾਹਦਰ ਭਗਤ ਸਿੰਘ ਵਰਗੇ ਨੇ ਵਾਰਿਸਾਂ ਬੋਧੂ ਸਿੰਘ ਵਰਗੇ ਨੇ ਵਾਰਿਸਾਂ ਦਾ ਜੀ ਠੀਕ ਹੈ ਤਾਂ ਆਪਣਾ ਹੱਕ ਹੈ ਪੰਜਾਬ ਵਾਸਤੇ ਕੁਝ ਕਰਨਾ ਠੀਕ ਹੈ ਜੀ ਗੁਰੂਆਂ ਪੀਰਾਂ ਦੀ ਧਰਤੀ ਹੈ ਚੰਗੇ ਅਫਸਰ ਬਣੋ ਚੰਗੀ ਪੜ੍ਹਾਈ ਕਰੋ ਤੁਸੀਂ ਹੀ ਨੌਜਵਾਨਾਂ ਦੀ ਸੇਧ ਬਣੋ ਆਪ ਤੁਹਾਨੂੰ ਦੇਖ ਕੇ ਕਹੇ ਯਾਰ ਕਿ ਐਡਾ ਵੱਡਾ ਅਫਸਰ ਲੱਗਿਆ ਵਾ ਮੈਂ ਵੀ ਆ ਮੁੰਡੇ ਵਾਂਗੂ ਜਿਵੇਂ ਆਫਸਰ ਲੱਗਿਆ ਐ ਐਸਐਚਓ ਲੱਗਿਆ ਹੋਇਆ ਸਰਵਿਸ ਸਪੈਕਟਰ ਲੱਗਿਆ ਮੈਂ ਵੀ ਇਰੇ ਵਾਂਗੂ ਲੱਗਾ ਤੁਸੀਂ ਸਾਬ ਇੰਸਪੈਕਟਰ ਤੋਂ ਤਰੱਕੀ ਕਰਕੇ ਆਈਜੀ ਬਣੋ ਤੁਸੀਂ ਐਸਐਸਪੀ ਬਣੋ ਇਹ ਚੀਜ਼ਾਂ ਵੱਲ ਰਾਜੇ ਧਿਆਨ ਰੱਖੋ ਫालतू ਨਾ ਚੀਜ਼ਾਂ ਵੱਲ ਕਿਸੇ ਬੱਚੇ ਨੇ ਧਿਆਨ ਨਹੀਂ ਦੇਣਾ ਸੁਣ ਗਿਆ ਇਹ ਤੁਹਾਡੇ ਫੈਲੀ ਦੀ ਗੱਲ ਕਰਦਾ ਰਾਜੇ ਦੇਖੋ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਮੇਰੇ ਵੱਲੋਂ ਤੁਸੀਂ ਕੁਝ ਮਰਜ਼ੀ ਕਰੀ ਚੱਲੋ ਮੇਰੇ ਵੱਲੋਂ ਕਿਸੇ ਸਰਪਾਰਦੋ ਜਾ ਕੇ ਠੀਕ ਹੈ ਮੈਂ ਕਿਹੜਾ ਤੁਹਾਡੇ ਨਾਲ ਰਹਿਣਾਗਾ ਉਹਦਾ ਦੁੱਖ ਤੁਹਾਨੂੰ ਹੋਣਾ ਤੁਹਾਡੇ ਮਾਪੇ ਬਾਂ ਨੂੰ ਹੋਣਾ ਠੀਕ ਹੈ ਆਂਡੀ ਕਮਾਡੀ ਦਾ ਸਭ ਨੂੰ ਪਤਾ ਹੀ ਹੈ ਖੁਸ਼ ਹੁੰਦੇ ਹੁੰਦੇ ਆ ਕਿ ਇਹ ਜਾਂ ਨਿਕਲ ਗਿਆ ਨਾ ਤਾਂ ਠੀਕ ਹੈ ਰਿਸ਼ਤੇ ਜਿਹੜੇ ਵੀ ਵਿੱਚ ਵਿੱਚ ਹੁੰਦਾ ਖੁਸ਼ ਹੁੰਦੇ ਹੈ ਕਿ ਵਧੀਆ ਹੋ ਗਿਆ ਫਿਰ ਮਤਾ ਦੇਣਾ ਹੁੰਦੇ ਹੁੰਦੇ ਆ ਤੁਸੀਂ ਸੰਭਾਲ ਲੈਣੀ ਜੀ ਆਪਰੇ ਜਵਾਗ ਨੂੰ ਆਏ ਨਹੀਂ ਕੀਤਾ ਜੀ ਧਮਕਾ ਨਹੀਂ ਕੀਤਾ ਧਮਕਾ ਨਹੀਂ ਕੀਤਾ ਤਾਂ ਕਰਕੇ ਨਾ ਜੇ ਮੈਂ ਇਹੀ ਕਹਿਣਾ ਚਾਹਣਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਚੰਗੀਆਂ ਪੋਸਟਾਂ ਦੇ ਲੱਗੋ ਮਿਹਨਤ ਕਰੋ ਆਪਦੀ ਮਿਹਨਤ ਕਰਕੇ ਚੰਗੇ ਚੰਗੇ ਰੈਂਕ ਬਣਾਓ ਕਿ ਬੱਚੇ ਤੁਹਾਨੂੰ ਦੇਖ ਕੇ ਜਿਹੜੇ ਨੌਜਵਾਨ ਹੈ ਉਹ ਤੁਹਾਨੂੰ ਵੇਖ ਕੇ ਤੁਹਾਡੇ ਅੱਗੇ ਮਾਨਣਾ ਚਾਹਣ ਠੀਕ ਹੈ ਜੀ ਤੁਸੀਂ ਮੇਰੀ ਗੱਲ ਸਮਝਦੇ ਹੋਵੋਗੇ ਮੈਂ ਕਿੱਥੋਂ ਕਹਿ ਰਿਹਾ ਕਿ ਤੁਹਾਡੇ ਤੁਸੀਂ ਆਈਡਲ ਬਣੋ ਕਿਸੇ ਦਾ ਠੀਕ ਹੈ ਜੀ ਇਹੀ ਗੱਲ ਸਮਝਾਉਣਾ ਚਾਹੁੰਦਾ ਰਾਜੇ ਤਾਂ ਕਰਕੇ ਜ਼ਿੰਦਗੀ ਇੱਕ ਵਾਰ ਮਿਲਨੀ ਆ ਪੰਜਾਬ ਦਾ ਨਾਮ ਰੋਸ਼ਨ ਕਰੋ ਠੀਕ ਹੈ ਜੀ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੋ ਆਪਦੇ ਆਪ ਨੂੰ ਧੰਨਵਾਦ ਮੇਰੇ ਦੋਸਤੋ ਜਿਉਂਦੇ ਵਸਦੇ ਰਹੋ